ਸਤਿ ਸ਼੍ਰੀ ਅਕਾਲ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਰਮਨ ਫਲੋਰ ਬਹੁਤ ਬਹੁਤ ਸਵਾਗਤ ਕਰਦੀ ਹਾਂ। ਸੋ ਐਡਵੈਂਚਰ ਲਵਿੰਗ ਜੇ ਤੁਸੀਂ ਵੀ ਹੋ ਤਾਂ ਇਹ ਵੀਡੀਓ ਮੈਂ ਕਹਿ ਸਕਦੀ ਹਾਂ ਕਿ ਤੁਹਾਡੇ ਲਈ ਹੈ। ਜ਼ਰਾ ਇਸ ਵੀਡੀਓ ਨੂੰ ਗੌਰ ਨਾਲ ਦੇਖਿਓ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਹੁਣ ਇਹਦੇ ਵਿੱਚ ਇਹ ਜਿਹੜਾ ਤੁਸੀਂ ਬੋਕਸ ਵੇਖ ਰਹੇ ਹੋ ਐਮਾਜ਼ੋਨ ਦਾ ਬੋਕਸ ਹੈ। ਤੋ ਮੈਂ ਆਪਣੇ ਸਾਥੀ ਨੂੰ ਕਹੂੰਗੀ, ਸਹਿਯੋਗੀ ਨੂੰ, ਜੋ ਕਿ ਜ਼ੂਮ ਕਰਕੇ ਤੁਹਾਨੂੰ ਇੱਕ ਵਾਰ ਇਹ ਬੋਕਸ ਦਿਖਾਵੇਗਾ ਜਿਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇਹ ਕਿਹੜੀ ਕੰਪਨੀ ਦਾ ਬੋਕਸ ਹੈ। ਸੋ ਤੁਸੀਂ ਵੇਖ ਪਾ ਰਹੇ ਹੋ ਤਸਵੀਰਾਂ ਨੇ ਇਸ ਵਕਤ ਤੁਹਾਡੇ ਸਾਹਮਣੇ, ਐਮਾਜ਼ੋਨ ਦਾ ਬੋਕਸ ਹੈ ਇਹ। ਫਿਲਹਾਲ ਜੋ ਸਮਾਨ ਤੁਸੀਂ ਔਨਲਾਈਨ ਮੰਗਵਾਉਂਦੇ ਹੋ ਜ਼ਿਆਦਾਤਰ ਤਾਂ ਉਹੀ ਨਿਕਲਦਾ ਹੁੰਦਾ, ਪਰ ਹੁਣ ਇਹ ਕੁਝ ਕੁ ਦੇਰ ਦੇ ਵਿੱਚ ਇਹ ਜੋ ਨਿਕਲਣ ਵਾਲਾ ਹੈ ਐਡਵੈਂਚਰ ਲਵਿੰਗ ਲੋਕਾਂ ਨੂੰ ਸ਼ਾਇਦ ਜ਼ਰੂਰ ਪਸੰਦ ਆਵੇਗਾ, ਕਿਉਂਕਿ ਕਈ ਲੋਕ ਐਡਵੈਂਚਰ ਦੀ ਤਲਾਸ਼ ਦੇ ਵਿੱਚ ਬਹੁਤ ਦੂਰ ਤੱਕ ਚਲੇ ਜਾਂਦੇ ਨੇ, ਕਈ ਝਰਨਿਆਂ 'ਤੇ ਜਾਂਦੇ ਨੇ, ਕਈ ਪਹਾੜਾਂ 'ਤੇ ਜਾਂਦੇ ਨੇ, ਪਰ ਇੱਥੇ ਬੈਠੇ ਬੈਠੇ ਐਡਵੈਂਚਰ ਦੇਖਣ ਨੂੰ ਮਿਲ ਜਾਂਦਾ, ਕਿਉਂਕਿ ਔਨਲਾਈਨ ਜਦੋਂ ਤੁਸੀਂ ਮੰਗਵਾਇਆ ਕੁਝ ਹੋਰ ਹੋਵੇ ਅਤੇ ਨਿਕਲੇ ਸੱਪ ਵਿੱਚੋਂ ਤਾਂ ਫਿਰ ਦਿਲ ਦੀਆਂ ਧੜਕਣਾਂ ਤਾਂ ਸਭ ਦੀਆਂ ਤੇਜ਼ ਹੋਣੀਆਂ ਨੇ, ਅਤੇ ਐਡਵੈਂਚਰ ਕਿਹਾ ਜਾ ਹੋਵੇਗਾ ਇਹ ਤਾਂ ਉਸ ਸ਼ਖਸ ਨੂੰ ਬਖੂਬੀ ਪਤਾ ਜਿਹਦੇ ਨਾਲ ਇਹ ਵਾਪਰਿਆ, ਅਤੇ ਉਹ ਜਾਨਵਰ ਵੀ ਉਹ ਹੋਵੇ ਜਿਹੜਾ ਕਿ ਤੁਹਾਨੂੰ ਇਸ ਤਰੀਕੇ ਨਾਲ ਹਰਟ ਕਰ ਸਕਦਾ ਕਿ ਤੁਹਾਡੇ ਲਈ ਜਿਹੜਾ ਉਹ ਆਰਡਰ ਮੰਗਵਾਉਣਾ ਇੰਨਾ ਜ਼ਿਆਦਾ ਖਤਰਨਾਕ ਸਾਬਤ ਹੋ ਜਾਏ ਕਿ ਤੁਸੀਂ ਆਪਣੀ ਜ਼ਿੰਦਗੀ ਨੂੰ ਹੀ ਟਾਟਾ ਬਾਏ ਕਹਿ ਦਿਓ, ਤਾਂ ਫਿਰ ਇੱਕ ਵਾਰ ਤਾਂ ਸਵਾਲ ਖੜ੍ਹੇ ਹੁੰਦੇ ਨੇ। ਸੋ ਤੁਸੀਂ ਵੇਖਿਆ ਇਹ ਐਮਾਜ਼ੋਨ ਦਾ ਬੋਕਸ ਹੈ, ਔਨਲਾਈਨ ਆਰਡਰ ਕੀਤਾ ਸੀ ਬੈਂਗਲੌਰ ਦੇ ਵਿੱਚ ਰਹਿਣ ਵਾਲੀ ਇੱਕ ਮਹਿਲਾ ਨੇ। ਸੋ ਇਹਦਾ ਆਰਡਰ ਤਾਂ ਨਹੀਂ ਨਿਕਲਿਆ, ਪਰ ਜਦੋਂ ਬੋਕਸ ਨਿਕਲਿਆ ਤਾਂ ਉਹ 'ਚੋਂ ਸੱਪ ਜ਼ਰੂਰ ਨਿਕਲਿਆ। ਸੋ ਕਿਹੋ ਜਿਹਾ ਲੱਗਦਾ ਇਹਨੂੰ, ਫੀਲਿੰਗ ਨੂੰ ਤੁਸੀਂ ਇੱਕ ਵਾਰ ਜ਼ਰੂਰ ਇੰਜੋਏ ਤਾਂ ਕਰੋਗੇ ਹੀ, ਨਾਲ ਦੀ ਨਾਲ ਐਮਾਜ਼ੋਨ ਤੋਂ ਜਦੋਂ ਆਰਡਰ ਮੰਗਵਾਓਗੇ ਤਾਂ ਤੁਹਾਡੇ ਕੰਨ ਜ਼ਰੂਰ ਖੜ੍ਹੇ ਹੋ ਜਾਣਗੇ। ਸੋ ਡੇਲੀ ਬਸ ਪੰਜਾਬ ਹਰਿਆਣਾ ਹਿਮਾਚਲ ਹਮੇਸ਼ਾ ਹੀ ਤੁਹਾਨੂੰ ਸੁਚੇਤ ਕਰਨ ਦੇ ਵਿੱਚ ਪਹਿਲ ਕਦਮੀ ਕਰਦਾ ਹੈ। ਸੋ ਇਹ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਬੈਂਗਲੌਰ ਦੇ ਵਿੱਚ ਇੱਕ ਔਰਤ ਦੇ ਵੱਲੋਂ ਆਰਡਰ ਕੀਤਾ ਗਿਆ। ਐਮਾਜ਼ੋਨ ਕਿੰਨੀ ਕੁ ਫੇਮਸ ਔਨਲਾਈਨ ਸਾਈਟ ਹੈ ਇਹ ਬਖੂਬੀ ਅਸੀਂ ਸਾਰੇ ਜਾਣਦੇ ਹਾਂ। ਆਪਣਾ ਟਾਈਮ ਸੇਵ ਕਰਨ ਦੇ ਲਈ ਬੈਠੇ ਬੈਠੇ ਬਹੁਤ ਚੀਜ਼ਾਂ ਅਸੀਂ ਆਰਡਰ ਕਰ ਲੈਂਦੇ ਹਾਂ, ਪਰ ਆਪਣਾ ਆਰਡਰ ਨਿਕਲਣ ਦੀ ਜਗ੍ਹਾ 'ਤੇ ਜਦੋਂ ਸੱਪ ਨਿਕਲਦਾ ਤਾਂ ਫਿਰ ਦਿਲ ਤਾਂ ਇੱਕ ਵਾਰ ਡੰਗਿਆ ਜਾਂਦਾ ਅਤੇ ਜ਼ਹਿਰ ਤਾਂ ਬਹੁਤ ਚੜ੍ਹਦੀ ਹੋਊਗੀ, ਕਿਉਂਕਿ ਗੁੱਸਾ ਸੀਰੀਅਸਲੀ ਬਹੁਤ ਚੜ੍ਹਦਾ ਕਿ ਜਦੋਂ ਅਜਿਹੀਆਂ ਘਟਨਾਵਾਂ ਵਾਪਰਦੀਆਂ ਨੇ। ਸੋ ਬੜੀ ਗੱਲ ਤਾਂ ਇਹ ਹੈ ਕਿ ਅਸੀਂ ਤੁਹਾਨੂੰ ਸੁਚੇਤ ਕਰਨ ਦੇ ਲਈ ਤੁਹਾਡਾ ਰੀਲ ਸਾਂਝੀ ਕਰ ਰਹੇ ਹਾਂ ਕਿ ਜਦੋਂ ਤੁਸੀਂ ਆਰਡਰ ਕਰਦੇ ਹੋ ਤੁਹਾਡੇ ਨਾਲ ਵੀ ਅਜਿਹਾ ਕੁਝ ਵਾਪਰ ਸਕਦਾ। ਸੋ ਵੱਡੀ ਗੱਲ ਤਾਂ ਇਹ ਹੈ ਕਿ ਐਮਾਜ਼ੋਨ ਵਾਲਿਆਂ ਨੇ ਇਸ ਔਰਤ ਦਾ ਫੋਨ ਚੱਕਣਾ ਹੀ ਉਸ ਤੋਂ ਬਾਅਦ ਬੰਦ ਕਰ ਦਿੱਤਾ, ਜਦੋਂ ਕਿ ਜਿਹੜੀ ਇਨਫੋਰਮੇਸ਼ਨ ਹੈ ਉਸਨੇ ਸਾਂਝੀ ਕਰਨ ਦੀ ਕੋਸ਼ਿਸ਼ ਕੀਤੀ। ਸੋ ਬੜੀ ਗੱਲ ਹੈ ਕਿ ਕੰਪਨੀ ਵਾਲੇ ਜਦੋਂ ਅਜਿਹੀ ਗਲਤੀ ਕਰਦੇ ਨੇ ਅਤੇ ਉਸ ਤੋਂ ਬਾਅਦ ਸਰੈਂਡਰ ਕਰਨ ਦੀ ਜਗ੍ਹਾ ਤੁਹਾਨੂੰ ਇਗਨੋਰ ਕਰਨਾ ਸ਼ੁਰੂ ਕਰ ਦਿੰਦੇ ਨੇ। ਸੋ ਹਾਲਾਂਕਿ ਪੁਲਿਸ ਦਾ ਜਿਹੜਾ ਰੁੱਖ ਹੈ ਉਹ ਔਰਤ ਦੇ ਵੱਲੋਂ ਕੀਤਾ ਗਿਆ ਜਾਂ ਨਹੀਂ ਇਹ ਤਾਂ ਕੁਝ ਕੁ ਦੇਰ ਦੇ ਵਿੱਚ ਸਾਹਮਣੇ ਆਵੇਗਾ, ਪਰ ਜਿਹੜਾ ਇਹ ਸੱਪ ਨਿਕਲਿਆ ਔਰਡਰ ਦੇ ਵਿੱਚ ਇਸਨੇ ਔਰਤ ਦੀਆਂ ਧੜਕਣਾਂ ਵਿੱਚ ਵਾਧਾ ਜ਼ਰੂਰ ਕਰ ਦਿੱਤਾ ਹੋਵੇਗਾ ਅਤੇ ਕੰਪਨੀ ਦੀ ਮੁਸੀਬਤਾਂ ਦੇ ਵਿੱਚ ਵਾਧਾ ਕੁਝ ਕੁ ਦੇਰ ਦੇ ਵਿੱਚ ਜ਼ਰੂਰ ਹੋਣ ਵਾਲਾ ਹੈ।